ਜੋ ਜੋਗਿਆ ਟਲ ਛਤਰ ਚਵਰ ਤਖਤ ਦੇ ਮਾਲਿਕ ਰੂਹਾਨੀਅਤ ਦੇ ਮੁਜੱਸਮੇ ਕਲਯੁਗ ਦੇ ਬੋਹਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਪਿਆਰ ਵਾਲੇ ਗੁਰੂ ਸਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਸਾਹਿਬਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਸਾਡੇ ਬਹੁਤ ਹੀ ਪਰਮ ਸਤਿਕਾਰਯੋਗ ਸੱਚਖੰਡ ਵਾਸੀ ਮਹਾਂਪੁਰਸ਼ ਸੰਤ ਬਾਬਾ ਅਮਰਜੀਤ ਸਿੰਘ ਜੀ ਸੰਪਰਦਾਇ ਦਲ ਪੰਥ ਵਿਧੀ ਚੰਦ ਮੁੰਡਾ ਪਿੰਡ ਵਾਲਿਆਂ ਦੀ ਪਾਵਨ ਪਵਿੱਤਰ ਯਾਦ ਵਿੱਚ ਚੱਲ ਰਹੇ ਸਮਾਗਮਾਂ ਦੀ ਹਾਜ਼ਰੀ ਭਰਦੇ ਹੋਏ ਗੁਰੂ ਕੇ ਰਾਗੀ ਸਿੰਘਾਂ ਤੋਂ ਢਾਡੀ ਸਿੰਘਾਂ ਤੋਂ ਕਵਿਛਰੇ ਸਾਹਿਬਾਨਾਂ ਤੋਂ ਅੰਮ੍ਰਿਤਮਈ ਬਾਣੀ ਗੁਰ ਇਤਿਹਾਸ ਸਰਵਣ ਕਰ ਰਹੇ ਹੋ ਸਟੇਜ ਸਕੱਤਰ ਸਾਹਿਬ ਜੀ ਨੇ ਜੋ ਵੀ ਮਹਾਂਪੁਰਸ਼ ਸਤਿਗੁਰਾਂ ਦੀ ਹਜ਼ੂਰੀ ਵਿੱਚ ਸੱਜ ਬੈਠੇ ਨੇ ਸਾਰਿਆਂ ਦੀ ਹਾਜ਼ਰੀ ਲਵਾਈ ਹੈ ਔਰ ਇਸ ਪਰਿਵਾਰ ਦੀਆਂ ਮਹਾਨ ਸੇਵਾਵਾਂ ਨੂੰ ਤੱਕਦੇ ਹੋਏ ਪਰਿਵਾਰ ਦੀਆਂ ਪੰਥ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਨੂੰ ਦੇਖ ਕੇ ਬਹੁਤ ਹੀ ਸਤਿਕਾਰਯੋਗ ਭਾਈ ਗੋਬਿੰਦ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਕਰਕੇ ਸਮਾਗਮ ਵਿੱਚ ਹਾਜ਼ਰੀ ਲਵਾਉਣ ਦੇ ਵਾਸਤੇ ਹਾਜ਼ਰ ਹੋਏ ਨੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਔਰ ਜੀਵਾ ਸਿੰਘ ਜੀ ਜੋ ਦੇਸ਼ ਵਿਦੇਸ਼ ਵਿੱਚ ਗੁਰਮਤ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਗੁਰਮਤ ਦੇ ਨਾਲ ਜੋੜ ਰਹੇ ਨੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਸੀਸ ਲੈ ਕੇ ਹਰ ਸਾਲ ਦੀ ਤਰ੍ਹਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਮਹਾਨ ਪਾਵਨ ਪਵਿੱਤਰ ਸਮਾਗਮ ਆਰੰਭ ਕੀਤਾ ਹੋਇਆ ਹੈ ਔਰ ਜਿਵੇਂ ਆਪ ਜੀ ਸਕੱਤਰ ਸਾਹਿਬ ਤੋਂ ਸਰਵਣ ਕਰ ਰਹੇ ਸੀ ਕਿ ਨਗਰ ਵਿਖੇ ਮਹਾਂਪੁਰਸ਼ਾਂ ਦੇ ਤਪ ਸਥਾਨ ਦੇ ਉੱਤੇ ਅੰਮ੍ਰਿਤ ਸੰਚਾਰ ਹੋਣਾ ਹੈ, ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਜਿਸ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ ਉਹ ਕਿਸੇ ਇਸ਼ਨਾਨ ਕਰਕੇ ਕਕਾਰਾਂ ਸਹਿਤ ਹੋ ਕੇ ਮਹਾਂਪੁਰਸ਼ਾਂ ਦੇ ਤਪ ਸਥਾਨ ਤੇ ਪਹੁੰਚ ਕੇ ਪੰਜ ਪਿਆਰੇ ਸਾਹਿਬਾਨਾਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰਨ। ਆਓ ਸਮੁੱਚੀ ਸਾਧ ਸੰਗਤ ਮਹਾਂਪੁਰਸ਼ ਪਿਆਰ ਸਤਿਕਾਰ ਸਹਿਤ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਗੁਰਬਾਣੀ ਵਿੱਚ ਬੜੀ ਪਿਆਰੀ ਪੰਗਤੀ ਬਖਸ਼ਿਸ਼ ਕੀਤੀ ਹੈ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਉਹ ਸੇਵਨ ਸਮਰਥ ਆਪਣਾ ਬਿਨਸੈ ਸਭ ਮੰਦਾ। ਧਨ ਧਰਤੀ ਉਹ ਥਾਨ ਧਨ,
ਗੁਰਸਿੱਖ ਸਾਧੂ ਪੈਰ ਧਰਨ ਦਾ ਉਹ ਧਰਤੀ ਉਹ ਅਸਥਾਨ ਧੰਨਤਾ ਦੇ ਯੋਗ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ, ਜਿੱਥੇ ਸਾਧ ਸੰਗਤ ਔਰ ਗੁਰੂ ਕੇ ਪਿਆਰੇ ਸੰਤ ਜਨ ਆਪਣੇ ਚਰਨ ਪਾਉਂਦੇ ਹਨ, ਔਰ ਜਿਸ ਧਰਤੀ ਦੇ ਉੱਤੇ ਸਿਮਰਨ ਕੀਤਾ ਜਾਏ, ਸੇਵਾ ਕੀਤੀ ਜਾਏ, ਉਸ ਧਰਤੀ ਨੂੰ ਨਤਮਸਤਕ ਹੋਣ ਵਾਸਤੇ ਜੋ ਜਗਿਆਸੂ ਆਉਂਦਾ ਹੈ ਆਪਣੀ ਸ਼ਰਧਾ ਸਤਿਕਾਰ ਭੇਟਾ ਕਰਨ ਵਾਸਤੇ, ਸਤਿਗੁਰੂ ਪਾਤਸ਼ਾਹ ਜੀ ਉਸ ਦੀਆਂ ਮਨੋਕਾਮਨਾਵਾਂ ਪੂਰਨ ਕਰਦੇ ਹਨ। ਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਸੰਤ ਦਾ ਬਹੁਤ ਵੱਡਾ ਸਤਿਕਾਰ ਕੀਤਾ ਹੈ, ਔਰ ਸੰਗਤ ਦਾ ਤੇ ਸੰਤ ਦਾ ਜਿਹੜਾ ਰਿਸ਼ਤਾ ਹੈ ਉਹ ਪਾਤਸ਼ਾਹ ਨੇ ਗੁਰਬਾਣੀ ਵਿੱਚ ਭਗਤਾਂ ਦੀ ਬਾਣੀ ਵਿੱਚ ਰਚਨਾ ਕੀਤੀ ਹੈ। ਸੰਤ ਤੁਜੀ ਤਨ ਸੰਗਤ ਪ੍ਰਾਣ, ਸੰਗਤ ਜਿਹੜੀ ਹੈ ਉਸ ਨੂੰ ਪਰਮੇਸ਼ਰ ਦੇ ਪ੍ਰਾਣ ਕਿਹਾ ਗਿਆ, ਸੰਤ ਨੂੰ ਪਰਮੇਸ਼ਰ ਦਾ ਸਰੂਪ ਕਿਹਾ ਗਿਆ, ਇਸ ਕਰਕੇ ਸੰਤਾਂ ਨੂੰ ਨਿਤ ਅਵਤਾਰ ਵੀ ਕਿਹਾ ਗਿਆ ਕਿ ਸੰਤ ਪਰਮਾਤਮਾ ਦਾ ਸਰੂਪ ਨੇ, ਸੰਗਤ ਪਰਮਾਤਮਾ ਦਾ ਪ੍ਰਾਣ ਨੇ। ਇਤਨਾ ਸੰਤ ਦਾ ਤੇ ਸੰਗਤ ਦਾ ਆਪਸ ਵਿੱਚ ਦੀ ਰਿਸ਼ਤਾ ਹੈ, ਕਿਉਂਕਿ ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਸੰਤ ਸੰਗਤ ਨੂੰ, ਸੰਗਤ ਜਿਹੜੀ ਹੈ ਉਹ ਸੰਤ ਨੂੰ ਜਨਮ ਦਿੰਦੀ ਹੈ। ਮੈਂ ਕੋਟਾਨ ਕੋਟ ਧੰਨਵਾਦ ਕਰਦਾ ਹਾਂ, ਰੋਮ ਰੋਮ ਕਰਕੇ ਰਿਣੀ ਹਾਂ, ਮਹਾਂਪੁਰਸ਼ ਸੰਤ ਗਿਆਨੀ ਹਰਨਾਮ ਸਿੰਘ ਜੀ, ਖਾਲਸਾ ਮੁਖੀ ਦਮਦਮੀ ਟਕਸਾਲ, ਜਿਨ੍ਹਾਂ ਨੇ ਆਪਣੀ ਸੰਗਤ ਵਿੱਚ ਰੱਖ ਕੇ ਭਾਈ ਬੰਤਾ ਸਿੰਘ ਜੀ, ਗਿਆਨੀ ਜੀਵਾ ਸਿੰਘ ਜੀ, ਇਹਨਾਂ ਨੂੰ ਇਤਨੇ ਵੱਡੇ ਵਿਦਵਾਨ ਬਣਾ ਦਿੱਤਾ ਹੈ ਕਿ ਅੱਜ ਹਰ ਇੱਕ, ਚਾਹੇ ਉਹ ਨਗਰ ਹੈ, ਚਾਹੇ ਸ਼ਹਿਰ ਹੈ, ਚਾਹੇ ਦੇਸ਼ ਹੈ, ਚਾਹੇ ਵਿਦੇਸ਼ ਹੈ, ਹਰ ਇੱਕ ਇਹਨਾਂ ਦੀ ਰਸਨਾ ਤੋਂ ਗੁਰਬਾਣੀ ਗੁਰ ਇਤਿਹਾਸ ਸਰਵਣ ਕਰਨ ਵਾਸਤੇ ਆਪਣੇ ਮਨ ਵਿੱਚ ਇੱਕ ਰੀਝ ਰੱਖਦਾ ਹੈ, ਆਪਣੇ ਮਨ ਵਿੱਚ ਇੱਕ ਪਿਆਰ ਰੱਖਦਾ ਹੈ, ਕਿਉਂਕਿ ਜਿਸ ਪ੍ਰਕਾਰ ਸਰਲਤਾ ਦੇ ਨਾਲ ਸਿੱਧੇ ਸਾਦੇ ਸ਼ਬਦਾਂ ਵਿੱਚ ਗੁਰਬਾਣੀ ਦਾ ਪ੍ਰਚਾਰ, ਗੁਰਬਾਣੀ ਦਾ ਕੀਰਤਨ ਕਥਾ ਜੋ ਹੈ ਭਾਈ ਬੰਤਾ ਸਿੰਘ ਜੀ ਮੁੰਡਾ ਪਿੰਡ ਔਰ ਗਿਆਨੀ ਜੀਵਾ ਸਿੰਘ ਜੀ ਕਰ ਰਹੇ ਨੇ, ਇਹ ਪੰਥ ਦੇ ਵਾਸਤੇ ਬਹੁਤ ਵੱਡੀ, ਮਹਾਂਪੁਰਸ਼ਾਂ ਨੇ ਇੱਕ ਟਕਸਾਲ ਪੈਦਾ ਕਰਕੇ ਦੇ ਦਿੱਤੀ ਹੈ। ਆ ਹੁਣੇ ਬੱਚੇ ਕੀਰਤਨ ਕਰਕੇ ਗਏ ਨੇ ਕੌਨਵੈਂਟ ਸਕੂਲ ਜਾਮਾ ਰਾਏ ਦੇ, ਮਹਾਂਪੁਰਸ਼ ਸੰਤ ਬਾਬਾ ਸੱਜਣ ਸਿੰਘ ਜੀ ਬੈਠੇ ਨੇ ਬੇਰ ਸਾਹਿਬ ਵਾਲੇ, ਜਿਨ੍ਹਾਂ ਵੱਲੋਂ ਬਹੁਤ ਵੱਡੇ ਸਕੂਲ ਚਲਾਏ ਜਾਂਦੇ ਨੇ। ਮਹਾਂਪੁਰਸ਼ਾਂ ਦੇ ਇਹ ਸਕੂਲ ਚਲਾ ਕੇ ਜਿੱਥੇ ਬੱਚਿਆਂ ਨੂੰ ਸੰਸਾਰਿਕ ਵਿੱਦਿਆ ਦੇਣੀ ਆਰੰਭ ਕੀਤੀ ਹੈ, ਉਹਦੇ ਨਾਲ ਧਾਰਮਿਕ ਵਿੱਦਿਆ ਵੀ ਦਿੱਤੀ ਜਾਂਦੀ ਹੈ, ਕਿਉਂਕਿ ਜਿਸ ਬੱਚੇ ਦੇ ਅੰਦਰ ਧਾਰਮਿਕ ਵਿੱਦਿਆ ਹੈ, ਜਿਸ ਬੱਚੇ ਦੇ ਅੰਦਰ ਇਤਿਹਾਸ ਹੈ, ਜਿਸ ਬੱਚੇ ਨੂੰ ਗੁਰੂ ਤੇ ਵਿਸ਼ਵਾਸ ਹੈ, ਉਹ ਬੱਚਾ ਕਦੇ ਮੁਨਕਰ ਨਹੀਂ ਹੋ ਸਕਦਾ ਗੁਰੂ ਤੋਂ, ਉਹ ਕਦੇ ਕੇਸਾਂ ਦੀ ਬੇਅਦਬੀ ਨਹੀਂ ਕਰ ਸਕਦਾ, ਉਹ ਕਦੇ ਨਸ਼ਿਆਂ ਵਿੱਚ ਗਲਤਾਨ ਨਹੀਂ ਹੋ ਸਕਦਾ। ਜਦੋਂ ਸਾਡੇ ਬੱਚੇ ਐਸੇ ਸਕੂਲਾਂ ਵਿੱਚ ਜਾਂਦੇ ਨੇ ਜਿੱਥੇ ਗੁਰਮਤ ਦੀ ਕੋਈ ਵੀ ਉਹਨਾਂ ਨੂੰ ਸੋਝੀ ਨਹੀਂ ਦਿੱਤੀ ਜਾਂਦੀ, ਉਹ ਮਾੜੀ ਸੰਗਤ ਵਿੱਚ ਪੈਂਦੇ ਨੇ,
ਉਹ ਆਪਣੇ ਕੇਸ ਕਤਲ ਕਰਾ ਦਿੰਦੇ ਨੇ, ਨਸ਼ਿਆਂ ਵਿੱਚ ਗਲਤਾਨ ਹੋ ਜਾਂਦੇ ਨੇ, ਜਿਹਦੇ ਵਿੱਚ ਬੱਚੀਆਂ ਵੀ ਤੇ ਬੱਚਿਆਂ ਦੀ ਗਿਣਤੀ ਬਹੁਤ ਵੱਡੀ ਪੱਧਰ ਤੇ ਪਹੁੰਚ ਚੁੱਕੀ ਹੈ। ਇਸ ਕਰਕੇ ਐਸੇ ਜਿਹੜੇ ਗੁਰਮਤ ਸਕੂਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਨੇ, ਦਮਦਮੀ ਟਕਸਾਲ ਦੇ ਸਕੂਲ ਨੇ, ਅਕਾਲ ਅਕੈਡਮੀ ਦੇ ਸਕੂਲ ਨੇ, ਅਨੇਕਾਂ ਮਹਾਂਪੁਰਸ਼ਾਂ ਵੱਲੋਂ ਸਕੂਲ ਚਲਾਏ ਜਾਂਦੇ ਹਨ, ਉਹਨਾਂ ਸਕੂਲਾਂ ਨੂੰ ਤਰਜੀਹ ਦੇਈਏ, ਕਮ ਸੇ ਕਮ ਸਾਡੇ ਬੱਚੇ ਜਿਹੜੇ ਨੇ ਉਹ ਗੁਰਮੁਖੀ ਪੜ੍ਹ ਕੇ ਗੁਰਬਾਣੀ ਦੀ ਸੰਥਿਆ ਕਰਕੇ ਆਪਣਾ ਜੀਵਨ ਸਫਲ ਕਰ ਸਕਣ। ਮੈਂ ਬੇਨਤੀ ਕਰਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸਮੇਂ ਸਮੇਂ ਅਨੁਸਾਰ ਸੰਗਤਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਜਿਹੜੇ ਗੁਰਦੁਆਰੇ ਸਾਹਿਬ ਨੇ ਉਹਨਾਂ ਗੁਰਦੁਆਰੇ ਸਾਹਿਬਾਂ ਦੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ, ਗ੍ਰੰਥੀ ਸਾਹਿਬਾਨ ਨੇ, ਉਹ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਗੁਰੂ ਘਰਾਂ ਵਿੱਚ ਹਾਜ਼ਰੀ ਯਕੀਨੀ ਬਣਾਉਣ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਘਟਨਾ ਨਾ ਵਾਪਰ ਜਾਏ। ਨਿਤਾ ਪ੍ਰਤੀ ਕੋਈ ਨਾ ਕੋਈ ਘਟਨਾ ਵਾਪਰ ਰਹੀ ਹੈ, ਔਰ ਵਾਪਰ ਇਸ ਕਰਕੇ ਰਹੀ ਹੈ ਕਿ ਗ੍ਰੰਥੀਆਂ ਦੀ ਅਣਗਹਿਲੀ ਕਰਕੇ, ਗ੍ਰੰਥੀਆਂ ਦੀ ਲਾਪਰਵਾਹੀ ਕਰਕੇ। ਜੇ ਗ੍ਰੰਥੀ ਸਿੰਘ ਸਵੇਰੇ ਪ੍ਰਕਾਸ਼ ਕੀਤਾ ਫਿਰ ਚਲੇ ਗਏ, ਸ਼ਾਮ ਨੂੰ ਆ ਕੇ ਸੁਖਾਸਨ ਕਰ ਦਿੱਤਾ, ਇਹ ਡਿਊਟੀ ਨਹੀਂ ਗ੍ਰੰਥੀ ਸਿੰਘ ਦੀ। ਗ੍ਰੰਥੀ ਸਿੰਘ ਦੀ ਡਿਊਟੀ ਆ ਗੁਰਦੁਆਰੇ ਵਿੱਚ ਹਾਜ਼ਰ ਰਵੇ, ਆਈ ਹੋਈ ਸੰਗਤ ਨੂੰ ਗੁਰਮਤ ਦਾ ਉਪਦੇਸ਼ ਸੁਣਾਵੇ, ਸਹਿਜ ਪਾਠ ਕਰੇ, ਤੇ ਗੁਰੂ ਕੀ ਸੰਗਤ ਉਹਦੀ ਪਰਵਿਰਸ਼ ਵਾਸਤੇ ਉਹਦਾ ਯੋਗ ਪ੍ਰਬੰਧ ਕਰੇ। ਇਹ ਗ੍ਰੰਥੀ ਸਿੰਘ ਦਾ ਕੰਮ ਨਹੀਂ ਕਿ ਉਹ ਪਿੰਡ ਵਿੱਚੋਂ ਪ੍ਰਸ਼ਾਦੇ ਮੰਗ ਕੇ ਲਿਆਵੇ, ਉਹ ਦੁੱਧ ਇਕੱਠਾ ਕਰਕੇ ਲਿਆਵੇ, ਉਹਦੀ ਪਰਵਿਰਸ਼ ਉਹਦੇ ਪਰਿਵਾਰ ਦੀ ਪਾਲਣਾ ਕਰਨੀ ਸੰਗਤ ਦਾ ਫਰਜ਼ ਹੈ, ਤੇ ਗ੍ਰੰਥੀ ਦਾ ਫਰਜ਼ ਹੈ ਗੁਰੂ ਘਰ ਦੀ ਸੇਵਾ ਸਫਾਈ, ਤੇ ਆਈ ਸੰਗਤ ਨੂੰ ਗੁਰਬਾਣੀ ਸੁਣਾਉਣੀ, ਆਈ ਸੰਗਤ ਨੂੰ ਗੁਰਬਾਣੀ ਨਾਲ ਜੋੜਨਾ। ਅੱਜ ਸਾਡੇ ਇਲਾਕੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਈਸਾਈ ਬਣਦੇ ਜਾ ਰਹੇ ਨੇ, ਕਿਉਂਕਿ ਈਸਾਈਆਂ ਨੇ ਆਪਣਾ ਜਿਹੜਾ ਪ੍ਰਚਾਰ ਹੈ ਨਾ ਉਹ ਘਰ ਘਰ ਤੱਕ ਕਰਕੇ ਲਾਲਚ ਦੇ ਕੇ। ਮੈਂ ਬੇਨਤੀ ਕਰਾਂ ਜਦੋਂ ਸਿੰਘ ਸਭਾ ਲਹਿਰ ਚੱਲੀ ਹੈ ਨਾ ਉਹ ਈਸਾਈਆਂ ਦੇ ਕਾਰਨ ਚੱਲੀ ਸੀ, ਈਸਾਈਆਂ ਨੇ ਆਪਣੀ ਬਾਈਬਲ ਪੰਜਾਬੀ ਵਿੱਚ ਛਾਪ ਕੇ ਫਰੀ ਵੰਡਣੀ ਸ਼ੁਰੂ ਕਰ ਦਿੱਤੀ, ਲਿਟਰੇਚਰ ਵੰਡਣਾ ਸ਼ੁਰੂ ਕਰ ਦਿੱਤਾ, ਕਿਸੇ ਨੂੰ ਜਗੀਰਦਾਰੀਆਂ ਦੇ ਕੇ, ਕਿਸੇ ਨੂੰ ਨੌਕਰੀਆਂ ਦੇ ਕੇ ਉਹਨਾਂ ਨੂੰ ਈਸਾਈ ਬਣਾਉਣ ਵਾਸਤੇ ਉਹਨਾਂ ਨੇ ਆਪਣਾ ਪੂਰਾ ਯਤਨ ਕੀਤਾ। ਪਰ ਉਸ ਸਮੇਂ ਵੀ ਮਹਾਂਪੁਰਸ਼ਾਂ ਨੇ, ਦਮਦਮੀ ਟਕਸਾਲ ਨੇ ਜੋ ਪੁਰਾਣੇ ਮਹਾਂਪੁਰਸ਼ ਸੀ, ਔਰ ਡਾਕਟਰ ਵੀਰ ਸਿੰਘ ਜੀ ਨੇ, ਇਹਨਾਂ ਨੇ ਬਹੁਤ ਵੱਡਾ ਯਤਨ ਕਰਕੇ ਸਿੱਖਾਂ ਨੂੰ ਗੁਰਮਤ ਦੇ ਨਾਲ ਜੋੜਨ ਵਾਸਤੇ ਉਪਰਾਲੇ ਕੀਤੇ ਨੇ। ਔਰ ਸ੍ਰੀ ਅਕਾਲ ਤਖਤ ਸਾਹਿਬ ਨੇ ਜੋ ਇੱਕ ਪਿੰਡ ਇੱਕ ਗੁਰਦੁਆਰਾ ਐਲਾਨ ਕੀਤਾ ਸੀ, ਆਦੇਸ਼ ਤੇ ਸੰਦੇਸ਼ ਕੀਤਾ ਸੀ, ਮੈਨੂੰ ਖਿਮਾ ਕਰਿਓ ਪ੍ਰਧਾਨ ਸਾਹਿਬ ਬੈਠੇ ਨੇ, ਕਈ ਵਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਆਦੇਸ਼ ਨੇ ਨਾ ਉਹ ਕਾਗਜ਼ਾਂ ਤੱਕ ਸੀਮਤ ਰਹਿ ਜਾਂਦੇ ਨੇ, ਕਿਉਂਕਿ ਸ਼੍ਰੋਮਣੀ ਕਮੇਟੀ ਦੀ ਡਿਊਟੀ ਹੈ ਉਹਨਾਂ ਆਦੇਸ਼ਾਂ ਤੇ ਸੰਦੇਸ਼ਾਂ ਨੂੰ ਲਾਗੂ ਕਰਵਾਉਣ ਦੀ, ਪਰ ਕਈ ਵਾਰੀ ਅਣਗਹਿਲੀ ਕਰਕੇ ਉਹ ਸੰਗਤਾਂ ਤੱਕ ਪਹੁੰਚਾਏ ਨਹੀਂ ਜਾਂਦੇ। ਪਰ ਮੈਂ ਧੰਨਵਾਦ ਕਰਦਾ ਹਾਂ ਪ੍ਰਧਾਨ ਸਾਹਿਬ ਦਾ, ਇਸ ਕਰਕੇ ਨਹੀਂ ਕਿ ਬੈਠੇ ਹੋਏ ਨੇ, ਮੈਂ ਜਿੱਥੇ ਵੀ ਬੇਨਤੀ ਕਰਦਾ ਜ਼ਰੂਰ ਇਹਨਾਂ ਦੀ ਸਿਫਤ ਕਰਨ ਤੋਂ ਰਹਿ ਨਹੀਂ ਸਕਦਾ, ਕਿਉਂਕਿ ਇਹਨਾਂ ਨੇ ਆਉਂਦਿਆਂ ਸਾਰ ਹੀ ਉਸ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਲੈ ਕੇ
ਇੱਕ ਪਿੰਡ ਇੱਕ ਗੁਰਦੁਆਰਾ ਜਿਹੜੀ ਮੁਹਿੰਮ ਸੀ, ਆਪ ਪਿੰਡਾਂ ਵਿੱਚ ਜਾ ਕੇ ਸੰਗਤਾਂ ਨੂੰ ਪ੍ਰੇਰਿਆ, ਔਰ ਬਹੁਤ ਸਾਰੇ ਜਿਹੜੇ ਨਗਰ ਨੇ ਉਹਨਾਂ ਵਿੱਚ ਇੱਕ ਪਿੰਡ ਬਣ ਗਏ, ਇੱਕ ਗੁਰਦੁਆਰਾ ਬਣ ਗਿਆ। ਉਹਨਾਂ ਦੀ ਯੋਗ ਸਹਾਇਤਾ ਵੀ ਕੀਤੀ ਜਾਂਦੀ ਹੈ। ਅੱਜ ਵੀ ਦਾਸ ਨੇ ਇਹ ਮਾਲਵੇ ਦੇ ਪਿੰਡ ਵਿੱਚ ਜੋ ਘਟਨਾ ਵਾਪਰੀ ਹੈ, ਉਹਨਾਂ ਨੂੰ ਵੀ ਹਦਾਇਤ ਕੀਤੀ ਕਿ ਇੱਕ ਗੁਰਦੁਆਰਾ ਸਾਹਿਬ ਕਰੋ, ਕਿਉਂਕਿ ਗ੍ਰੰਥੀ ਦੀ ਅਣਗਹਿਲੀ ਕਰਕੇ ਘਟਨਾ ਵਾਪਰੀ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇੱਕ ਪਿੰਡ ਵਿੱਚ ਇੱਕ ਗੁਰਦੁਆਰਾ, ਕੋਈ ਇਤਿਹਾਸਕ ਗੁਰਦੁਆਰੇ ਨੇ, ਸ਼ਹੀਦਾਂ ਦੇ ਗੁਰਦੁਆਰੇ ਨੇ, ਮਹਾਂਪੁਰਸ਼ਾਂ ਦੇ ਗੁਰਦੁਆਰੇ, ਉਹ ਵੱਖਰੀ ਬਾਤ ਹੈ। ਪਰ ਅਸੀਂ ਪ੍ਰਧਾਨਗੀ ਵਾਸਤੇ ਗੁਰਦੁਆਰੇ ਬਣਾ ਲਈਏ, ਜਾਤਾਂ ਦੇ ਨਾਮ ਤੇ ਗੁਰਦੁਆਰੇ ਬਣਾ ਲਈਏ, ਇਹ ਗੱਲ ਸ਼ੋਭਦੀ ਨਹੀਂ ਹੈ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਇੱਕ ਪਿੰਡ ਵਿੱਚ ਇੱਕ ਸ਼ਮਸ਼ਾਨ ਘਾਟ ਬਣਾਈਏ, ਇੱਕ ਪਿੰਡ ਵਿੱਚ ਇੱਕ ਗੁਰਦੁਆਰਾ ਜਾਂ ਇਤਿਹਾਸਕ ਗੁਰਦੁਆਰੇ ਬਣਾਈਏ। ਤਾਂ ਹੀ ਅਸੀਂ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਕਾਰਜ ਕਰ ਰਹੇ ਹਾਂ। ਗੁਰੂ ਕਿਰਪਾ ਕਰੇ, ਮਹਾਂਪੁਰਸ਼ ਸੰਤ ਬਾਬਾ ਬੰਤਾ ਸਿੰਘ ਜੀ ਔਰ ਗਿਆਨੀ ਜੀਵਾ ਸਿੰਘ ਜੀ, ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਪੰਥ ਇਹਨਾਂ ਦੇ ਨਾਲ ਹੈ, ਇਹ ਗੁਰਮਤ ਦਾ ਪ੍ਰਚਾਰ ਦੇਸ਼ ਤੇ ਵਿਦੇਸ਼ ਵਿੱਚ ਕਰਕੇ, ਜਿਹੜੇ ਅੱਜ ਪੰਥ ਵਿਰੋਧੀ ਨੇ, ਗੁਰੂ ਗ੍ਰੰਥ ਸਾਹਿਬ ਤੇ ਨੁਕਤਾਚੀਨੀ ਕਰਨੀ ਜਿਨ੍ਹਾਂ ਨੇ ਸ਼ੁਰੂ ਕਰ ਦਿੱਤੀ, ਭਗਤਾਂ ਦੀ ਬਾਣੀ ਤੇ, ਗੁਰੂ ਇਤਿਹਾਸ ਤੇ, ਗੁਰੂ ਕੇ ਅਸਥਾਨਾਂ ਤੇ ਨੁਕਤਾਚੀਨੀ ਕਰਦੇ ਨੇ, ਉਹਨਾਂ ਦਾ ਮੂੰਹ ਤੋੜਨਾ ਜਵਾਬ ਦੇਣ ਵਾਸਤੇ ਸਾਨੂੰ ਇਹੋ ਜਿਹੇ ਵਿਦਵਾਨਾਂ ਦੀ ਲੋੜ ਹੈ, ਔਰ ਵਿਦਵਾਨ ਪੈਦਾ ਕਰਨ ਦੀ ਲੋੜ ਹੈ। ਪਹਿਲੇ ਸਮਿਆਂ ਦੇ ਵਿੱਚ ਚਾਹੇ ਦਮਦਮੀ ਟਕਸਾਲ ਸੀ, ਨਿਰਮਲੇ ਮਹਾਂਪੁਰਸ਼ ਸੀ, ਨਿਹੰਗ ਸਿੰਘ ਜਥੇਬੰਦੀਆਂ ਸੀ, ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ, ਦਲ ਪੰਥ ਵਿਧੀ ਚੰਦ ਸੁਰ ਸਿੰਘ, ਉਹ ਵੀ ਪਹੁੰਚੇ ਹੋਏ ਨੇ। ਉਹ ਪਿੰਡਾਂ ਵਿੱਚ ਜਾ ਕੇ ਪੜਾਅ ਲਾਉਂਦੇ ਸੀ, ਦੋ ਦੋ ਤਿੰਨ ਤਿੰਨ ਦਿਨ ਪਿੰਡਾਂ ਵਿੱਚ ਜਾ ਕੇ ਰਹਿਣਾ, ਬੱਚੇ ਬੱਚੀਆਂ ਨੂੰ ਪੰਜਾਬੀ ਪੜ੍ਹਾਉਣੀ, ਗੁਰਬਾਣੀ ਪੜ੍ਹਾਉਣੀ। ਅੱਜ ਉਸ ਨੂੰ ਛੱਡ ਚੁੱਕੇ ਹਾਂ, ਜਿਸ ਕਰਕੇ ਸਾਡੇ ਬੱਚੇ ਬੱਚੀਆਂ ਜਿਹੜੇ ਨੇ ਸਿੱਖੀ ਤੋਂ ਦੂਰ ਜਾ ਰਹੇ ਨੇ। ਅੱਜ ਲੋੜ ਹੈ ਸਾਨੂੰ ਉਹਨਾਂ, ਫਿਰ ਜਿਤਨਾ ਪਹਿਲਾਂ ਪ੍ਰਚਾਰ ਕੀਤਾ ਜਾਂਦਾ ਸੀ, ਘਰ ਘਰ ਤੱਕ ਪਹੁੰਚਾਰ ਕਰਕੇ ਸਿੱਖਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜੀਏ, ਤਾਂ ਹੀ ਮਹਾਂਪੁਰਸ਼ਾਂ ਦੀ ਮਨਾਈ ਹੋਈ ਯਾਦ ਸਫਲੀ ਹੋਵੇਗੀ। ਇੰਨੇ ਸ਼ਬਦ ਪ੍ਰਵਾਨ ਕਰਦੇ ਹੋਏ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।